ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਸਰੋਤਿਓ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਚ ਹਾਜ਼ਰ ਹੋਣ ਜਾ ਰਿਹਾ ਤੁਹਾਡੇ ਵਾਸਤੇ ਸਾਂਝੀ ਸੱਥ ਪ੍ਰੋਗਰਾਮ ਲੈ ਕੇ। ਸਾਂਝੀ ਸੱਥ ਵਿੱਚ ਅਸੀਂ ਹਰ ਹਫ਼ਤੇ ਇਸੇ ਦਿਨ ਇਸੇ ਵਕਤ ਤੁਹਾਨੂੰ ਮਿਲਦੇ ਹਾਂ ਅਤੇ ਅਕਸਰ ਸਾਡਾ ਯਤਨ ਹੁੰਦਾ ਹੈ ਕਿ ਅਸੀਂ ਪੰਜਾਬ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਾਪਰਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਘਟਨਾ ਚੱਕਰ 'ਤੇ ਆਪਣੀ ਸਮਝ ਦੇ ਮੁਤਾਬਕ ਟਿੱਪਣੀ ਸਾਂਝੀ ਕਰ ਸਕੀਏ। ਪਰ ਪਿਛਲੇ ਕੁਝ ਦਿਨਾਂ ਤੋਂ, ਕੁਝ ਹਫ਼ਤਿਆਂ ਤੋਂ ਜਿਵੇਂ ਦੁਨੀਆ ਭਰ ਦੇ ਉੱਤੇ ਇੱਕ ਮਹਾਂਮਾਰੀ ਦਾ ਸੰਕਟ ਹੈ, ਕੋਰੋਨਾ ਵਾਇਰਸ ਦਾ ਸੰਕਟ, ਇਸ ਕਰਕੇ ਅਸੀਂ ਲਗਾਤਾਰ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਅਤੇ ਸਾਂਝੀ ਸੱਥ ਵਿੱਚ ਵੀ ਕੋਰੋਨਾ ਵਾਇਰਸ ਦੇ ਹਵਾਲੇ ਨਾਲ ਹੀ ਗੱਲਾਂ ਕਰ ਰਹੇ ਹਾਂ। ਅੱਜ ਵੀ ਉਹਦੇ ਹਵਾਲੇ ਨਾਲ ਕੁਝ ਗੱਲਾਂ ਹੋਣਗੀਆਂ, ਪਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਨਜ਼ਮਾਂ, ਕਵਿਤਾਵਾਂ ਅਤੇ ਗੀਤਾਂ ਦੇ ਹਵਾਲੇ ਦੇ ਨਾਲ ਅਸੀਂ ਸਾਰੀ ਜਿਹੜੀ ਸਥਿਤੀ ਆ ਜਾਂ ਹਾਲਾਤ ਨੇ ਉਹਨੂੰ ਸਮਝਣ ਦਾ ਯਤਨ ਕਰੀਏ। ਖ਼ਬਰਾਂ ਲਗਾਤਾਰ ਤੁਹਾਡੇ ਕੋਲ ਆ ਰਹੀਆਂ। ਸਾਂਝੀ ਸੱਥ ਦੇ ਵਿੱਚ ਸਾਡਾ ਮਕਸਦ ਇਹ ਨਹੀਂ ਹੈ ਕਿ ਤੁਹਾਡੇ ਨਾਲ ਸਿਰਫ ਖ਼ਬਰਾਂ ਸਾਂਝੀਆਂ ਕਰੀਏ, ਖ਼ਬਰਾਂ ਦੇ ਆਰ ਪਾਰ ਦੇਖਣ ਦਾ ਸਾਡਾ ਯਤਨ ਰਹੇਗਾ। ਸ਼ੁਰੂ ਕਰਦੇ ਹਾਂ ਅਸੀਂ ਡਾਕਟਰ ਬਸ਼ੀਰ ਬਦਰ ਤੋਂ। ਡਾਕਟਰ ਬਸ਼ੀਰ ਬਦਰ ਉਰਦੂ ਸ਼ਾਇਰੀ ਦੇ ਵੱਡੇ ਨਾਂ ਨੇ, ਅੱਜ ਕੱਲ੍ਹ ਜਿਸਮਾਨੀ ਤੌਰ 'ਤੇ ਸਾਡੇ ਵਿਚਕਾਰ ਨਹੀਂ, ਪਰ ਸ਼ੁਰੂ ਕਰਾਂਗੇ ਉਹਨਾਂ ਦੇ ਦੋ ਸ਼ੇਰਾਂ ਤੋਂ। ਉਹਨਾਂ ਦੀ ਗਜ਼ਲ ਹੈ, ਬੜੀ ਮਸ਼ਹੂਰ ਹੈ, ਉਹਦੇ ਦੋ ਸ਼ੇਰ ਉਹਨਾਂ ਦੀ ਹੀ ਆਵਾਜ਼ ਵਿੱਚ, ਤੁਸੀਂ ਸਮਝ ਆਓਗੇ ਕਿ ਇਹ ਦੋ ਸ਼ੇਰ ਅਸੀਂ ਸ਼ੁਰੂ ਦੇ ਵਿੱਚ ਹੀ ਸਾਂਝੀ ਸੱਥ ਵਿੱਚ ਤੁਹਾਡੇ ਨਾਲ ਕਿਉਂ ਸਾਂਝੇ ਕਰ ਰਹੇ ਹਾਂ। ਗੱਲ ਅੱਗੇ ਤੁਰਾਂਗੇ, ਪਹਿਲਾਂ ਸੁਣ ਲਓ ਡਾਕਟਰ ਬਸ਼ੀਰ ਬਦਰ ਹੋਰਾਂ ਦੇ ਦੋ ਸ਼ੇਰ ਉਹਨਾਂ ਦੀ ਹੀ ਆਵਾਜ਼ ਵਿੱਚ। ਯੂੰ ਹੀ ਬੇਸਬਬ, ਸੁਣੀਏਗਾ, ਯੂੰ ਹੀ ਬੇਸਬਬ ਨਾ ਫਿਰਾ ਕਰੋ, ਕੋਈ ਸ਼ਾਮ ਘਰ ਵੀ ਰਹਾ ਕਰੋ। ਯੂੰ ਹੀ ਬੇਸਬਬ ਨਾ ਫਿਰਾ ਕਰੋ, ਕੋਈ ਸ਼ਾਮ ਘਰ ਵੀ ਰਹਾ ਕਰੋ। ਯੂੰ ਹੀ ਬੇਸਬਬ, ਯੂੰ ਹੀ ਬੇਸਬਬ ਨਾ ਫਿਰਾ ਕਰੋ, ਕੋਈ ਸ਼ਾਮ ਘਰ ਵੀ ਰਹਾ ਕਰੋ। ਵੋ ਗਜ਼ਲ ਕੀ ਸੱਚੀ ਕਿਤਾਬ ਹੈ, ਉਸੇ ਚੁੱਪ ਕੇ ਪੜ੍ਹਾ ਕਰੋ। ਵੋ ਗਜ਼ਲ ਕੀ ਸੱਚੀ ਕਿਤਾਬ ਹੈ, ਔਰ ਖਾਸ ਸ਼ੇਰ ਮੁਲਾਜ਼ਮ ਹਜ਼ਰਾਤ ਕਿ ਕੋਈ ਹਾਥ ਵੀ ਕੋਈ ਹਾਥ ਵੀ ਨਾ ਮਿਲਾਏਗਾ, ਜੋ ਗਲੇ ਮਿਲੋਗੇ ਤਪਾਕ ਸੇ। ਕੋਈ ਹਾਥ ਵੀ ਨਾ ਮਿਲਾ, ਕੋਈ ਹਾਥ ਵੀ ਨਾ ਮਿਲਾਏਗਾ, ਜੋ ਗਲੇ ਮਿਲੋਗੇ ਤਪਾਕ ਸੇ। ਯੇ ਨਏ ਮਿਜ਼ਾਜ ਕਾ ਸ਼ਹਿਰ ਹੈ, ਜ਼ਰਾ ਫਾਸਲੇ ਸੇ ਮਿਲਾ ਕਰੋ। ਕੋਈ ਹਾਥ ਵੀ ਕੋਈ ਹਾਥ ਵੀ ਨਾ ਮਿਲਾਏਗਾ, ਜੋ ਗਲੇ ਮਿਲੋਗੇ ਤਪਾਕ ਸੇ। ਯੇ ਨਏ ਮਿਜ਼ਾਜ ਕਾ ਸ਼ਹਿਰ ਹੈ, ਜ਼ਰਾ ਫਾਸਲੇ ਸੇ ਮਿਲਾ ਕਰੋ। ਡਾਕਟਰ ਬਸ਼ੀਰ ਬਦਰ ਦੇ ਤੁਸੀਂ ਉਹਨਾਂ ਦੀ ਹੀ ਆਵਾਜ਼ ਵਿੱਚ ਦੋ ਸ਼ੇਰ ਸੁਣੇ ਨੇ। ਯੂੰ ਹੀ ਬੇਸਬਬ ਨਾ ਮਿਲਾ ਕਰੋ, ਕੋਈ ਸ਼ਾਮ ਘਰ ਵੀ ਰਹਾ ਕਰੋ, ਵੋ ਗਜ਼ਲ ਕੀ ਸੱਚੀ ਕਿਤਾਬ ਹੈ, ਉਸੇ ਚੁੱਪਕੇ ਪੜ੍ਹਾ ਕਰੋ। ਇੱਥੇ ਗਜ਼ਲ ਦੀ ਸੱਚੀ ਕਿਤਾਬ ਜ਼ਿੰਦਗੀ ਹੈ। ਅਸਲ ਦੇ ਵਿੱਚ ਉਹ ਜ਼ਿੰਦਗੀ ਦੀ ਕਿਤਾਬ ਪੜ੍ਹਨ ਦੀ ਗੱਲ ਕਰ ਰਹੇ, ਜ਼ਿੰਦਗੀ ਜਿਹੜੀ ਅੱਜ ਕੱਲ੍ਹ ਰੁਕੀ ਹੋਈ ਹੈ। ਅਗਲਾ ਜਿਹੜਾ ਸ਼ੇਰ ਉਹਨਾਂ ਦਾ ਬੜਾ ਕਮਾਲ ਦਾ ਹੈ, ਉਹ ਅੱਜ ਦੇ ਦੌਰ ਲਈ ਬਹੁਤ ਹੀ ਜ਼ਿਆਦਾ ਢੁੱਕਦਾ ਹੈ ਕਿ ਕੋਈ ਹੱਥ ਵੀ ਨਾ ਮਿਲਾਏਗਾ, ਜੋ ਗਲੇ ਮਿਲੋਗੇ ਤਪਾਕ ਸੀ, ਯੇ ਨਏ ਮਿਜ਼ਾਜ ਕਾ ਸ਼ਹਿਰ ਹੈ, ਜ਼ਰਾ ਫਾਸਲੇ ਸੇ ਮਿਲਾ ਕਰੋ। ਨਹੀਂ ਸੀ ਪਤਾ ਡਾਕਟਰ ਬਸ਼ੀਰ ਬਦਰ ਨੂੰ ਕਿ ਉਹਨਾਂ ਦੇ ਸਦਲੇ ਤੁਰ ਜਾਣ ਤੋਂ ਕਿਤੇ 10-12 ਸਾਲ ਬਾਅਦ ਕੋਰੋਨਾ ਵਾਇਰਸ ਵੀ ਆਏਗਾ। ਅੱਜ ਸੱਚਮੁੱਚ ਹੀ ਇਹ ਹਾਲਾਤ ਨੇ ਦੁਨੀਆ ਭਰ ਦੇ ਵਿੱਚ, ਨਏ ਮਿਜ਼ਾਜ ਕਾ ਸ਼ਹਿਰ ਹੈ, ਤੁਸੀਂ ਥੋੜ੍ਹੇ ਫਾਸਲੇ ਨਾਲ ਮਿਲਣਾ ਹੈ। ਅਤੇ ਜਿਹੜਾ ਨਏ ਮਿਜ਼ਾਜ ਕਾ ਸ਼ਹਿਰ ਹੈ, ਇਹ ਸਾਰੀ ਦੁਨੀਆ, ਅੱਜ ਲਗਭਗ ਸਾਰੀ ਦੁਨੀਆ ਲੋਕਡਾਊਨ 'ਚ ਹੈ। ਅਸੀਂ ਬਹੁਤੀ ਗੱਲ ਭਾਰਤ ਦੇ ਹਵਾਲੇ ਨਾਲ ਕਰਨੀ ਹੈ।
ਭਾਰਤ ਦੇ ਵਿੱਚ ਇੱਕ ਕਿਸਮ ਦੇ ਕਰਫਿਊ ਦੇ ਹਾਲਾਤ ਨੇ। ਭਾਰਤ ਦੇ ਪ੍ਰਧਾਨ ਸੇਵਕ, ਭਾਰਤ ਦੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਹੋਰਾਂ ਨੇ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇਹ ਲਾਕਡਾਊਨ ਕਰਫਿਊ ਹੀ ਸਮਝਿਆ ਜਾਏ। ਬਹੁਤ ਸਾਰੇ ਸੂਬਿਆਂ ਦੇ ਵਿੱਚ ਤਾਂ ਕਰਫਿਊ ਵੀ ਹੈ, ਸਾਡੇ ਪੰਜਾਬ ਦੇ ਵਿੱਚ ਕਰਫਿਊ ਹੈ। ਪੰਜਾਬ ਦੇ ਵਿੱਚ ਕਰਫਿਊ ਦੇ ਨਾਲ ਜਿਹੜਾ ਜਨਜੀਵਨ ਹੈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਇਹ ਠੀਕ ਹੈ ਕਿ ਸਾਨੂੰ ਚੌਕਸੀ ਰੱਖਣੀ ਪੈਣੀ ਹੈ, ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਦੇ ਵਿੱਚ ਇੱਕ ਦਹਿਸ਼ਤ ਫੈਲਾਈ ਹੈ ਅਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਭਾਵੇਂ ਉਸ ਆਲਮ ਦੀ ਸਥਿਤੀ ਨਹੀਂ ਹੈ ਜਿਹੜਾ ਆਲਮ ਫਰਾਂਸ ਦੇ ਵਿੱਚ, ਇਟਲੀ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਬਣਿਆ ਹੋਇਆ ਜਾਂ ਚਾਈਨਾ ਤੋਂ ਜਿਹੜਾ ਇਹ ਸ਼ੁਰੂ ਹੋਇਆ, ਅਸੀਂ ਉਸ ਸਥਿਤੀ 'ਚ ਨਹੀਂ ਹੈ। ਪਰ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਕਿ ਜੇ ਤੀਜੀ ਸਟੇਜ ਦੇ ਵਿੱਚ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਆ ਜਾਂਦਾ ਹੈ ਤਾਂ ਫਿਰ ਇੱਕ ਕਮਿਊਨਿਟੀ ਲੈਵਲ ਦੇ ਉੱਤੇ ਫੈਲੇਗਾ ਅਤੇ ਬਹੁਤ ਵੱਡਾ ਨੁਕਸਾਨ ਕਰੇਗਾ। ਪਰ ਅਸੀਂ ਕਰਫਿਊ ਕਦੇ ਉੱਦਾਂ ਨਹੀਂ ਹੰਡਾਇਆ ਜਿਵੇਂ ਕਸ਼ਮੀਰ ਹੰਡਾਉਂਦਾ ਆਇਆ ਜਾਂ ਹਾਲੇ ਵੀ ਹੰਡਾ ਰਿਹਾ। ਕਸ਼ਮੀਰ ਦੇ ਵਿੱਚ ਪਿਛਲੇ 8 ਮਹੀਨੇ ਤੋਂ ਇੱਕ ਕਿਸਮ ਦਾ ਕਰਫਿਊ ਵਾਲੇ ਹਾਲਾਤ ਨੇ ਅਤੇ ਅਸੀਂ ਪੰਜਾਬ ਵਾਲਿਆਂ ਨੇ ਜਿਹੜੀ ਸਾਡੀ ਉਮਰ ਦੇ ਲੋਕ ਨੇ ਉਹਨਾਂ ਨੇ 1984 ਦੇ ਉਹ ਕਰਫਿਊ ਦੇ ਦਿਨ ਦੇਖੇ ਨੇ ਅਤੇ ਬੜੇ ਬੁਰੇ ਸੁਪਨੇ ਵਾਂਗ ਉਹਨਾਂ ਦਿਨਾਂ ਨੂੰ ਅਸੀਂ ਯਾਦ ਕਰਦੇ ਹਾਂ। ਅਤੇ ਉਸ ਤੋਂ ਬਾਅਦ ਅੱਜ ਇਹ ਇਤਿਹਾਸ 'ਚ ਅਸੀਂ ਸ਼ਾਇਦ ਪਹਿਲੀ ਵਾਰ ਦੇਖ ਰਹੇ ਹਾਂ ਦੁਨੀਆ ਭਰ ਦੇ ਵਿੱਚ ਇਹ ਕਿਸਮ ਦੇ ਕਰਫਿਊ ਵਾਲੇ ਹਾਲਾਤ ਨੇ ਅਤੇ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਹਾਲਾਤ 'ਚੋਂ ਕਿੱਦਾਂ ਗੁਜ਼ਰ ਰਹੇ ਨੇ, ਉਹਨਾਂ ਨੇ ਇਸ ਕਰਫਿਊ ਦਾ ਕਿਵੇਂ ਸਾਹਮਣਾ ਕਰਨਾ ਹੈ ਜਾਂ ਉਹ ਕਿਵੇਂ ਕਰ ਰਹੇ ਨੇ। ਉਹਨਾਂ ਨੂੰ ਸ਼ਾਇਦ, ਪੰਜਾਬੀਆਂ ਨੂੰ ਸ਼ਾਇਦ ਇਹ ਆਦਤ ਨਹੀਂ ਹੈ ਕਰਫਿਊ 'ਚ ਰਹਿਣ ਦੀ, ਇਸੇ ਕਰਕੇ ਉਹ ਵਾਰ ਵਾਰ ਕਰਫਿਊ ਦੀ ਉਲੰਘਣਾ ਵੀ ਹੁੰਦੀ ਹੈ ਅਤੇ ਬਹੁਤ ਸਾਰੇ ਥਾਵਾਂ ਤੋਂ ਹਿੰਸਕ ਟਕਰਾਅ ਦੀਆਂ ਖ਼ਬਰਾਂ ਵੀ ਆਉਂਦੀਆਂ। ਕਸ਼ਮੀਰ ਦਾ ਮੈਂ ਜ਼ਿਕਰ ਕੀਤਾ, ਮੈਂ ਕਿਉਂਕਿ ਸ਼ੁਰੂ 'ਚ ਕਿਹਾ ਕਿ ਅਸੀਂ ਅੱਜ ਕੁਝ ਕਵਿਤਾਵਾਂ ਦੇ ਹਵਾਲੇ ਦੇ ਨਾਲ ਹੀ ਆਪਣੀ ਗੱਲ ਕਰਨੀ ਹੈ, ਪਰ ਕਿਵੇਂ ਆਮ ਬੰਦੇ ਦਾ ਜੀਵਨ ਜਿਹੜਾ ਆ ਉਹ ਬੇਤਰਤੀਬਾ ਹੋ ਜਾਂਦਾ ਹੈ ਜਾਂ ਜੀਵਨ ਖੜ ਜਾਂਦਾ ਹੈ, ਇਹ ਸਾਡੇ ਨਾਲੋਂ ਜ਼ਿਆਦਾ ਕਸ਼ਮੀਰੀਆਂ ਨੂੰ ਪਤਾ ਹੈ। ਕਸ਼ਮੀਰ ਦਾ ਇੱਕ ਸ਼ਾਇਰ ਹੈ ਅਨਾਮ ਕਸ਼ਮੀਰੀ, ਉਹਨੇ ਇੱਕ ਨਜ਼ਮ ਲਿਖੀ ਇਹਨਾਂ ਦਿਨਾਂ ਦੇ ਵਿੱਚ। ਉਹ ਨਜ਼ਮ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਕਿ ਇੱਕ ਕਸ਼ਮੀਰੀ ਜਿਹੜਾ ਦੋਸਤ ਹੈ ਉਹ ਆਪਣੇ ਪੰਜਾਬੀ ਦੋਸਤ ਨੂੰ ਇੱਕ ਸੁਨੇਹਾ ਦੇ ਰਿਹਾ ਹੈ, ਉਹ ਕਵਿਤਾ ਦੇ ਰੂਪ ਦੇ ਵਿੱਚ ਹੈ। ਮੈਂ ਉਹ ਕਵਿਤਾ ਪੰਜਾਬੀ 'ਚ ਤੁਹਾਡੇ ਨਾਲ ਸਾਂਝੀ ਕਰਦਾ। ਪੰਜਾਬੀ 'ਚ ਉਹਦਾ ਅਨੁਵਾਦ ਹਰਫ ਨੇ ਕੀਤਾ ਅਤੇ ਅਨਾਮ ਕਸ਼ਮੀਰੀ ਦੀ ਇਹ ਨਜ਼ਮ ਹੈ ਅਤੇ ਤੁਹਾਨੂੰ ਅਹਿਸਾਸ ਹੋਏਗਾ ਇਹ ਨਜ਼ਮ ਸੁਣ ਕੇ ਕਿ ਉਹ ਪੰਜਾਬੀਆਂ ਨੂੰ ਕੀ ਸਲਾਹ ਦੇ ਰਿਹਾ, ਕਿਉਂਕਿ ਉਹਨੇ ਉਹ ਜਿਹੜਾ ਕਸ਼ਮੀਰ ਦੇ ਵਿੱਚ ਉਹ ਕਰਫਿਊ ਜਿਹੜਾ ਹੈ ਸਦਾ ਭੁਗਤਿਆ ਅਤੇ ਪਤਾ ਨਹੀਂ ਕਿੰਨੀ ਦੇਰ ਹੋਰ ਭੁਗਤਣਾ ਅਤੇ ਪੰਜਾਬ 'ਚ ਥੋੜ੍ਹੇ ਦਿਨ ਦਾ ਕਰਫਿਊ ਜਿਹੜਾ ਕਿਹਾ ਜਾ ਰਿਹਾ ਉਹਦੇ 'ਚ ਆਪਣੇ ਦੋਸਤ ਨੂੰ ਕੀ ਰਾਏ ਦੇ ਰਿਹਾ। ਇਸ ਨਜ਼ਮ ਦਾ ਨਾਂ ਹੈ ਕਰਫਿਊ, ਉਹ ਇੱਕ ਕਸ਼ਮੀਰੀ ਦੋਸਤ ਦਾ ਸੁਨੇਹਾ, ਕਰਫਿਊ ਇੱਕ ਨਜ਼ਮ ਹੈ। ਕਰਫਿਊ 'ਚ ਇਹਤਿਆਤ ਨਾਲ ਰਹੋ, ਪਾਣੀ ਘੱਟ ਡੋਲਿਓ, ਲੂਣ ਘੱਟ ਖਾਇਓ। ਕਰਫਿਊ 'ਚ ਇਹਤਿਆਤ ਨਾਲ ਰਹੋ, ਪਾਣੀ ਘੱਟ ਡੋਲਿਓ, ਲੂਣ ਘੱਟ ਖਾਇਓ, ਕੇਸਰ ਨਾਲ ਵੀ ਚਾਹ ਬਣ ਸਕਦੀ ਹੈ। ਆਟੇ 'ਚ ਲੂਣ ਰਲਾ, ਨਾਲ ਪਾਣੀ ਉਬਾਲ ਕੇ ਵੀ ਰੋਟੀ ਖਾਧੀ ਜਾ ਸਕਦੀ ਹੈ। ਚੌਲਾਂ ਦੀ ਪਿੱਛ ਨੂੰ ਤੜਕਾ ਲਾ, ਇੱਕ ਡੰਗ ਦੀ ਕੜੀ ਬਣ ਸਕਦੀ ਹੈ। ਕਰਫਿਊ 'ਚ ਇਹਤਿਆਤ ਨਾਲ ਰਹੋ, ਪਾਣੀ ਘੱਟ ਡੋਲਿਓ, ਲੂਣ ਘੱਟ ਖਾਇਓ, ਕੇਸਰ ਨਾਲ ਵੀ ਚਾਹ ਬਣ ਸਕਦੀ ਹੈ। ਆਟੇ 'ਚ ਲੂਣ ਰਲਾ, ਨਾਲ ਪਾਣੀ ਉਬਾਲ ਕੇ ਰੋਟੀ ਖਾਧੀ ਜਾ ਸਕਦੀ ਹੈ। ਚੌਲਾਂ ਦੀ ਪਿੱਛ ਨੂੰ ਤੜਕਾ ਲਾ, ਇੱਕ ਡੰਗ ਦੀ ਕੜੀ ਬਣ ਸਕਦੀ ਹੈ। ਦੋ ਟੱਬਰ ਇੱਕ ਚੁੱਲ੍ਹੇ 'ਤੇ ਰੋਟੀ ਪਕਾਉਣ, ਸਾਂਝੀਆਂ ਲੱਕੜਾਂ ਬਾਲਣ 'ਤੇ ਇਕੱਠਿਆਂ ਬੈਠ ਖਾਣ, ਇਉਂ ਬਰਕਤ ਰਹਿੰਦੀ ਹੈ। ਚੌਲਾਂ ਦਾ ਗੱਟਾ, ਤੇਲ ਦੀ ਬੋਤਲ ਵੱਧ ਦਿਨ ਕੱਢਦੀ ਹੈ। ਮਾਂ ਦੀ ਦਵਾਈ ਮੁੱਕ ਗਈ ਤਾਂ ਪਾਣੀ 'ਚ ਹਲਦੀ ਘੋਲਣ ਨਾਲ ਰਾਹਤ ਮਿਲੂ। ਬਾਪੂ ਦੇ ਗੋਡਿਆਂ 'ਤੇ ਕੋਸਾ ਘਿਓ ਮਲਿਓ। ਬੱਚੀ ਘੁੰਮਣ ਦੀ ਜ਼ਿੱਦ ਕਰੇ ਤਾਂ ਘਨੇੜੇ ਚੜਾ ਕੇ ਵਿਹੜੇ 'ਚ ਘੁਮਾ ਦਿਓ। ਖਿੜਕੀ ਥਾਣੀ ਗੁਆਂਢੀ ਨਾਲ ਗੱਲ ਕਰਦੇ ਰਿਹੋ। ਕੁਝ ਮਲੂਕ ਦਿਲਾਂ ਵਾਲੇ ਹੁੰਦੇ ਹੈ, ਦਿਲਾਸਾ ਦਿੰਦੇ ਰਿਹੋ। ਉਧਾਰ ਲੈਣ 'ਚ ਸ਼ਰਮ ਨਾ ਕਰਿਓ, ਦਹਿਸ਼ਤ ਮਗਰੋਂ ਅਮਨ ਵੇਲੇ ਮੋੜ ਦਿਓ। ਕਿਸੇ ਨਾਕੇ 'ਤੇ ਪੁਲਿਸ ਪੁੱਛੇ ਤਾਂ ਹਾਂ ਜੀ ਨਾ ਜੀ 'ਚ ਜਵਾਬ ਦਿਓ। ਆਧਾਰ, ਵੋਟਰ ਕਾਰਡ ਅਤੇ ਲਾਇਸੈਂਸ ਜੇਬ 'ਚ ਰੱਖਿਓ। ਅਤੇ ਹੋਰ ਕੋਈ ਗੱਲਾਂ ਨੇ ਜੋ ਤੁਹਾਨੂੰ ਸਿੱਖਣੀਆਂ ਪੈਣੀਆਂ ਨੇ, ਹੋਰ ਕਈ ਗੱਲਾਂ ਨੇ ਜੋ ਤੁਹਾਨੂੰ ਸਿੱਖਣੀਆਂ ਪੈਣੀਆਂ ਨੇ। ਥੋੜ੍ਹੇ ਦਿਨਾਂ ਦੀ ਤਾਂ ਗੱਲ ਹੈ, ਤੁਸੀਂ ਕਿਹੜਾ ਸਾਡੇ ਵਾਂਗ ਕਰਫਿਊ 'ਚ ਉਮਰ ਬਿਤਾਉਣੀ ਹੈ।
ਤੁਸੀਂ ਕਿਹੜਾ ਸਾਡੇ ਵਾਂਗ ਕਰਫਿਊ 'ਚ ਉਮਰ ਬਿਤਾਉਣੀ ਹੈ। ਇਹ ਇੱਕ ਕਸ਼ਮੀਰੀ ਆਵਾਮ ਜਿਹੜਾ ਆ ਉਹਦੀ ਇੱਕ ਹੂਕ ਹੈ, ਕਿਉਂਕਿ ਕਸ਼ਮੀਰ ਦਾ ਜਿਹੜਾ ਆਮ ਬੰਦਾ ਉਹਦੀ ਸਾਰੀ ਉਮਰ ਹੀ ਕਰਫਿਊ 'ਚ ਲੰਘਣ ਵਾਲੀ ਹੈ ਜਾਂ ਲੰਘ ਰਹੀ ਹੈ। ਸੋ ਉਹ ਆਪਣੇ ਤਜਰਬੇ ਤੋਂ ਇੱਕ ਸ਼ਾਇਰ ਮਨ ਜਿਹੜਾ ਕਹਿੰਦਾ ਇੱਕ ਪੰਜਾਬੀ ਨੂੰ ਸਲਾਹ ਦਿੰਦਾ ਹੈ, ਪੁਲਿਸ ਦੇ ਹਵਾਲੇ ਨਾਲ ਕੀ ਸਲਾਹ ਦਿੰਦਾ ਹੈ ਵੀ ਰਾਹ 'ਚ ਜੇ ਪੁਲਿਸ ਨਾਕੇ 'ਤੇ ਤੁਹਾਨੂੰ ਪੁੱਛਦੀ ਹੈ ਤਾਂ ਉਹਨਾਂ ਨਾਲ ਬਹਿਸ ਨਾ ਕਰਿਓ, ਹਾਂਜੀ ਨਾ ਜੀ 'ਚ ਜਵਾਬ ਦਿਓ, ਆਧਾਰ ਕਾਰਡ ਆਪਣਾ ਨਾਲ ਰੱਖਿਓ, ਲਾਇਸੈਂਸ ਜੇਬ 'ਚ ਰੱਖਿਓ, ਅਤੇ ਕਿੱਦਾਂ ਤੁਸੀਂ ਬਜ਼ੁਰਗਾਂ ਦੀ ਦੇਖਭਾਲ ਕਰਫਿਊ ਦੇ ਵਿੱਚ ਕਰਨੀ ਹੈ, ਕਰਫਿਊ 'ਚ ਰਹਿਣਾ ਕਿੱਦਾਂ, ਗੁਆਂਢੀਆਂ ਨਾਲ ਗੱਲ ਕਰਦੇ ਰਹੋ, ਜਿਹੜੀ ਇੱਕ ਜੀਵਨ ਦੀ ਗੱਲ ਇਹ ਸਾਰੀ ਨਜ਼ਮ ਦੇ ਵਿੱਚ ਹੈ। ਸੱਚਮੁੱਚੀ ਅੱਜ ਸਾਡੇ ਹਾਲਾਤ ਇਹੀ ਬਣੇ ਹੋਏ ਨੇ ਪੰਜਾਬੀਆਂ ਦੇ, ਪੰਜਾਬ ਦੇ ਕਰਫਿਊ ਇੰਨਾ ਲੰਮਾ ਸਮਾਂ ਕਦੇ ਦੇਖਿਆ ਨਹੀਂ ਹੈ, ਪੰਜਾਬ ਦੇ ਲੋਕ ਬਹੁਤ ਮੁਸ਼ਕਲ ਹਾਲਾਤ 'ਚੋਂ ਇਸ ਵੇਲੇ ਗੁਜ਼ਰ ਰਹੇ ਨੇ, ਵੈਸੇ ਸਾਰੇ ਦੇਸ਼ ਦੇ ਲੋਕ ਇਸ ਵੇਲੇ ਬਹੁਤ ਮੁਸੀਬਤ ਵਿੱਚੋਂ ਗੁਜ਼ਰ ਰਹੇ ਨੇ, ਦੁਨੀਆ ਭਰ ਦੇ ਲੋਕ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ, ਪਰ ਇਸ ਮੁਸੀਬਤ ਦਾ ਸਾਹਮਣਾ ਕਰਦਿਆਂ ਹੋਇਆਂ ਬਹੁਤ ਸਾਰੀ ਚੌਕਸੀ ਰੱਖਦਿਆਂ ਹੋਇਆਂ, ਆਪਣੇ ਆਪ ਨੂੰ ਬਿਲਕੁਲ ਕਾਇਮ ਦਾਇਮ ਰੱਖਦਿਆਂ ਹੋਇਆਂ ਜ਼ਿੰਦਗੀ ਨੂੰ ਅੱਗੇ ਤੋਰਨ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਮਰਨ ਨਹੀਂ ਦੇਣਾ ਚਾਹੀਦਾ। ਜ਼ਿੰਦਗੀ ਜ਼ਿੰਦਗੀ ਜਿਉਣ ਦਾ ਨਾਂ ਆ, ਜ਼ਿੰਦਗੀ ਮੁਕਾਬਲੇ ਦਾ ਨਾਂ ਆ, ਜ਼ਿੰਦਗੀ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦਾ ਨਾਂ ਆ, ਅਤੇ ਇਹ ਅੱਖਾਂ 'ਚ ਅੱਖਾਂ ਪਾ ਕੇ ਦੇਖਣ ਦਾ ਕਰਮ ਹਰ ਪੰਜਾਬੀ ਵੀ ਕਰੇਗਾ, ਹਰ ਭਾਰਤੀ ਵੀ ਕਰ ਰਿਹਾ ਅਤੇ ਦੁਨੀਆਂ ਭਰ ਦੇ ਲੋਕ ਵੀ ਕਰ ਰਹੇ ਨੇ। ਅਸੀਂ ਜਿਹੜਾ ਆਲਮੀ ਭਾਈਚਾਰਾ ਆ, ਇਸ ਆਲਮੀ ਭਾਈਚਾਰੇ ਦੇ ਉੱਤੇ ਜਿਹੜਾ ਇਹ ਮਹਾਂਸੰਕਟ ਹੈ, ਇਸ ਸੰਕਟ 'ਚੋਂ ਲਾਜ਼ਮੀ ਤੌਰ 'ਤੇ ਨਿਕਲਣਾ। ਪਰ ਕੁਝ ਮਸਲੇ ਨੇ, ਅਸੀਂ ਭਾਰਤ ਦੇ ਹਵਾਲੇ ਜਦੋਂ ਗੱਲ ਕਰ ਰਹੇ ਹਾਂ ਅਤੇ ਉਹ ਜ਼ਰੂਰ ਤੁਹਾਡੇ ਨਾਲ ਕਰਦੇ ਜਾਵਾਂਗੇ। ਅਸੀਂ ਖਾਸ ਤੌਰ ਦੇ ਉੱਤੇ ਜਿਹੜੀ ਇੱਕ ਹੋਰ ਨਜ਼ਮ ਵੀ ਤੁਹਾਡੇ ਨਾਲ ਅਸੀਂ ਜਿਹੜੀ ਸਾਂਝੀ ਕਰਨੀ ਹੈ, ਉਹ ਤੋਂ ਪਹਿਲਾਂ ਕਿ ਅਸੀਂ ਨਜ਼ਮ ਤੁਹਾਡੇ ਨਾਲ ਸਾਂਝੀ ਕਰੀਏ, ਇਹ ਦੱਸ ਦਈਏ ਵੀ ਕਰੋਨਾ ਵਾਇਰਸ ਦਾ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ, ਜਦੋਂ ਅਸੀਂ ਡਾਕਟਰ ਬਸ਼ੀਰ ਬਦਰ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਇੱਕ ਫਾਸਲੇ ਨਾਲ ਰਹਿਣ ਦੀ ਇਸ ਵੇਲੇ ਜ਼ਰੂਰਤ ਹੈ, ਜਿਹਨੂੰ ਅਸੀਂ ਆਈਸੋਲੇਸ਼ਨ ਕਹਿ ਰਹੇ ਹਾਂ, ਜਾਂ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਸੈਲਫ ਜਿਹੜਾ ਡਿਸਟੈਂਸ ਜਿਹੜੀ ਹੈ ਸਾਡੀ ਇੱਕ ਦੂਜੇ ਤੋਂ ਦੂਰੀ ਜਿਹੜੀ ਹੈ ਉਹ ਬਣਾ ਕੇ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਇਹ ਕਿਹਾ ਗਿਆ, ਅਸੀਂ ਨਹੀਂ ਕਹਿ ਰਹੇ ਸਗੋਂ ਦੁਨੀਆ ਭਰ ਦੇ ਜਿਹੜੇ ਸਿਹਤ ਮਾਹਰ ਹੈ ਉਹ ਇਹ ਕਹਿ ਰਹੇ ਹੈ ਕਿ ਲਾਜ਼ਮੀ ਤੌਰ 'ਤੇ ਅੱਜ ਦਾ ਜਿਹੜਾ ਸਮਾਂ ਐਡਾ ਵਿਪਤਾ ਦਾ ਸਮਾਂ ਹੈ, ਇਸ ਸਮੇਂ 'ਤੇ ਕੁਝ ਜ਼ਰੂਰੀ ਅਹਤਿਆਤ ਜਿਹੜੇ ਹੈ ਲਾਜ਼ਮੀ ਤੌਰ 'ਤੇ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਇੱਕ ਦੂਜੇ ਤੋਂ ਦੂਰੀ ਰੱਖਣੀ ਜਿਹੜੀ ਹੈ ਉਹ ਬਹੁਤ ਅਹਿਮ ਹੈ। ਕੌਮਾਂਤਰੀ ਜਿਹੜੇ ਸਿਹਤ ਵਿਗਿਆਨੀ ਹੈ ਉਹਨਾਂ 'ਚ ਲਗਾਤਾਰ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਇਸ ਦਾ ਮੁਕਾਬਲਾ ਕਿਵੇਂ ਕਰਨਾ ਹੈ, ਖਾਸ ਤੌਰ 'ਤੇ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਪਾਪੂਲੇਸ਼ਨ ਦਾ ਸਾਈਜ਼ ਜਿਹੜਾ ਆ ਬਹੁਤ ਵੱਡਾ। ਹੁਣ ਜਦੋਂ ਸਾਡੇ ਪਾਪੂਲੇਸ਼ਨ ਦਾ ਸਾਈਜ਼ ਜਿਹੜਾ ਬਹੁਤ ਵੱਡਾ, ਆਬਾਦੀ ਦਾ ਜਿਹੜੀ ਘਣਤਾ ਸਾਡੇ ਬਹੁਤ ਜ਼ਿਆਦਾ ਆ, ਉਦੋਂ ਕਿੱਦਾਂ ਇਹ ਕਰੋਨਾ ਵਾਇਰਸ ਨਾਲ ਮੁਕਾਬਲਾ ਕੀਤਾ ਜਾ ਸਕਦਾ ਜਦੋਂ ਸਰਕਾਰੀ ਤੌਰ ਦੇ ਉੱਤੇ ਸਾਡੇ ਕੋਲ ਉਹ ਪ੍ਰਬੰਧ ਨਹੀਂ ਜਿਹਨਾਂ ਪ੍ਰਬੰਧਾਂ ਦੀ ਜ਼ਰੂਰਤ ਹੈ। ਸਾਡੀ ਜਿਹੜੀ ਆਬਾਦੀ ਹੈ ਭਾਰਤ ਦੀ, ਇਹਦੇ ਵੱਡੇ ਹਿੱਸੇ ਜਿਹੜੇ ਹੈ ਉਹਨਾਂ ਦੀ ਟੈਸਟਿੰਗ ਹੀ ਨਹੀਂ ਹੋ ਸਕਦੀ, ਕਿਉਂਕਿ ਸਾਡੇ ਕੋਲ ਅਸੀਂ ਨਿਸ਼ਾਨਦੇਹੀ ਨਹੀਂ ਕਰ ਸਕਦੇ। ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਇਕਾਂਤਵਾਸ 'ਚ ਰਹਿਣਾ ਆ, ਆਈਸੋਲੇਸ਼ਨ 'ਚ ਰਹਿਣਾ ਆ, ਅਤੇ ਉਹ ਆਈਸੋਲੇਸ਼ਨ ਜਾਂ ਉਹ ਲੋਕਡਾਊਨ ਜਿਹੜਾ ਆਪਣੇ ਆਪ ਦੇ ਵਿੱਚ ਕੋਈ ਹੱਲ ਨਹੀਂ ਕਰਦਾ, ਕਿਉਂਕਿ ਸਾਡੇ ਕੋਲ ਤਾਂ ਉਹ ਪ੍ਰਬੰਧ ਹੀ ਨਹੀਂ ਹੈਗੇ ਜਿਹਦੇ ਕਰਕੇ ਅਸੀਂ ਇਹ ਪਛਾਣ ਕਰ ਸਕੀਏ, ਨਿਸ਼ਾਨਦੇਹੀ ਕਰ ਸਕੀਏ ਵੀ ਕਿਹਨੂੰ ਕਿਸ ਕਿਸਮ ਦੀ ਜਿਹੜੀ ਪ੍ਰੋਬਲਮ ਹੈ ਜਾਂ ਕਿਸ ਲੈਵਲ 'ਤੇ ਜਿਹੜੀ ਹੈ ਜਾਂ ਕਿਸ ਸਟੇਜ ਦੇ ਉੱਤੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹ ਬਿਮਾਰੀ ਫੈਲ ਰਹੀ ਹੈ। ਇਸ ਪਾਸੇ ਬਹੁਤ ਜ਼ਿਆਦਾ ਜ਼ਰੂਰੀ ਕਦਮ ਚੁੱਕੇ ਜਾਣੇ ਸੀ ਪਰ ਨਹੀਂ ਚੁੱਕੇ ਗਏ। ਭਾਰਤ ਦੇ ਜਿਹੜੇ ਪ੍ਰਧਾਨ ਸੇਵਕ ਹੈ ਉਹਨਾਂ ਨੇ ਲੋਕਡਾਊਨ ਤਾਂ ਐਲਾਨ ਦਿੱਤਾ, ਕਰਫਿਊ ਵੀ ਬਹੁਤ ਸਾਰੇ ਸੂਬਿਆਂ 'ਚ ਲੱਗ ਗਿਆ, ਪੰਜਾਬ 'ਚ ਵੀ ਲੱਗ ਗਿਆ, ਪਰ ਜਿਹੜੇ ਹਕੂਮਤ ਨੇ ਜ਼ਰੂਰੀ ਪ੍ਰਬੰਧ ਕਰਨੇ ਸੀ ਉਹ ਪ੍ਰਬੰਧ ਨਹੀਂ ਕੀਤੇ।